ਮਾਲ ਗਰਾਊਂਡ ਵਿਖੇ ਉਦਘਾਟਨ ਕੀਤਾ ਜਿਮ ਦਾ ਜੀ ਇਹਦੇ ਬਾਰੇ ਦੇਖੋ ਅੱਜ ਅਸੀਂ ਜੰਡਿਆਲਾ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਵੀ ਕੰਮ ਚੱਲ ਰਹੇ ਨੇ ਜਾਂ ਕੰਪਲੀਟ ਹੋਏ ਨੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਦਾ ਉਹਨਾਂ ਨੂੰ ਦੇਖ ਰਹੇ ਹਾਂ। ਇੱਕ ਸੜਕ ਸੀਗੀ ਸਾਡੀ ਜੰਡਿਆਲੇ ਤੋਂ ਦੇਵੀਦਾਸਪੁਰਾ, ਬੜੀ ਮੰਦੀ ਹਾਲਤ ਸੜਕ ਦੀ ਸੀਗੀ, 10 ਫੁੱਟ ਸੀਗੀ, ਉਹ ਵੀ ਬੜੀ ਟੁੱਟੀ ਸੀਗੀ, ਬੜੇ ਲੰਬੇ ਸਮੇਂ ਤੋਂ ਇਸ ਤਰ੍ਹਾਂ ਹੀ ਸੀਗੀ। ਅੱਜ ਉਹਨੂੰ 10 ਫੁੱਟ ਤੋਂ 18 ਫੁੱਟ ਕਰਕੇ ਅਤੇ ਉਹਦਾ ਕੰਮ ਸ਼ੁਰੂ ਕਰਵਾਇਆ। ਨਰਾਇਣਗੜ੍ਹ ਦੀ ਸੜਕ ਸੀਗੀ, ਉਹਦਾ ਵੀ ਇਹੋ ਹੀ ਹਾਲ ਸੀਗਾ, ਉਹ ਵੀ 10 ਫੁੱਟ ਤੋਂ 18 ਫੁੱਟ ਕੀਤੀ ਆ, ਉਹਦਾ ਵੀ ਅੱਜ ਅਸੀਂ ਉਹਦੀ ਸ਼ੁਰੂਆਤ ਕੀਤੀ ਆ। ਹੁਣ ਅਸੀਂ ਗੁੰਨੋਵਾਲ ਦੇ ਵਿੱਚ ਜਿਮ ਇੱਥੇ ਬਣਾਇਆ। ਤੁਹਾਨੂੰ ਪਤਾ ਹੀ ਆ ਕਿ ਅੱਜ ਕੱਲ੍ਹ ਸਾਡੇ ਨੌਜਵਾਨਾਂ ਨੂੰ ਜਿਹੜਾ ਆ ਉਹ ਜਿਮ ਦੀ ਬਹੁਤ ਜ਼ਰੂਰਤ ਆ, ਪਿੰਡਾਂ ਦੇ ਵਿੱਚ ਗਰਾਊਂਡ ਦੀ ਬਹੁਤ ਜ਼ਰੂਰਤ ਆ। ਸੋ ਅਸੀਂ ਇੱਥੇ ਉਪਰਾਲਾ ਕਰਕੇ ਇੱਥੇ ਜਿਮ ਬਣਾਇਆ, ਕੁਝ ਸਮਾਨ ਵਿੱਚ ਰਖਾਇਆ, 5 ਲੱਖ ਰੁਪਇਆ ਲਗਾਇਆ। ਇੱਥੇ ਹੋਰ ਵੀ ਸਮਾਨ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਮੁਹੱਈਆ ਕਰਵਾਇਆ ਜਾਊਗਾ। ਇਸ ਪਿੰਡ ਦੀ ਤ੍ਰਾਸਦੀ ਜੀ ਰਹੀ ਆ ਕਾਫੀ ਲੰਬੇ ਸਮੇਂ ਤੋਂ ਕਿ ਇੱਧਰ ਇੱਕ ਪੋਲਾ ਉਹ ਵੀ ਬਹੁਤ ਖਸਤਾ ਹਾਲਤ ਦੇ ਵਿੱਚ ਆ ਅਤੇ ਕਾਫੀ ਦੁਰਘਟਨਾਵਾਂ ਵੀ ਉੱਥੇ ਹੋਈਆਂ ਨੇ। ਉਹਨੂੰ ਵੀ ਅਸੀਂ ਬਹੁਤ ਸਪੀਡ ਦੇ ਨਾਲ ਆਉਣ ਵਾਲੇ ਨੇੜਲੇ ਭਵਿੱਖ ਦੇ ਵਿੱਚ ਉਹਨੂੰ ਪੂਰਾ ਕਰਨਾ, ਕਿਉਂਕਿ ਇੱਥੋਂ ਸੜਕ ਜਿਹੜੀ ਆ ਇੱਧਰ ਨੂੰ ਜਾਂਦੀ ਇਹ ਵੀ ਕਾਫੀ ਹਾਲਤ ਮਾੜੀ ਆ, ਇਹ ਵੀ ਸਾਡੇ ਧਿਆਨ ਦੇ ਵਿੱਚ ਆ। ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਇਹਨੂੰ ਵੀ ਅਸੀਂ ਕੰਪਲੀਟ ਜਿਹੜਾ ਉਹ ਕਰ ਦਾਂਗੇ। ਇਹ ਜਿਹੜੀ ਗਰਾਊਂਡ ਆ ਜਿਹਦੇ ਵਿੱਚ ਆਪਾਂ ਖੜ੍ਹੇ ਹਾਂ, ਇਹਦੇ ਵਿੱਚ ਗਰਾਊਂਡ ਤਾਂ ਹੈ ਪਰ ਕੋਈ ਟਰੈਕ ਨਹੀਂ ਬਣਿਆ। ਜਿਹੜੇ ਸਾਡੀਆਂ ਕੋਈ ਭੈਣਾਂ ਵੀਰ ਸਵੇਰੇ ਸੈਰ ਕਰਨ ਆਉਂਦੇ ਨੇ ਅਤੇ ਉਹ ਸੈਰ ਕਰ ਨਹੀਂ ਸਕਦੇ। ਸੋ ਅਸੀਂ 4 ਕੁ ਫੁੱਟ ਜਿਹੜੀ ਇੱਥੇ ਇੰਟਰਲੋਕਿੰਗ ਲਾ ਕੇ ਸਾਈਡਾਂ ਦੇ ਉੱਤੇ 4 ਫੁੱਟ ਲਾ ਕੇ ਪੂਰਾ ਟਰੈਕ ਬਣਾ ਰਹੇ ਹਾਂ ਤਾਂ ਕਿ ਪਿੰਡ ਦੇ ਸਤਿਕਾਰਯੋਗ ਸੱਜਣ ਜਿਹੜੇ ਨੇ ਉਹ ਸਵੇਰੇ ਆ ਕੇ ਸੈਰ ਕਰ ਸਕਣ, ਕੁਝ ਉਹਨਾਂ ਦੇ ਬੈਠਣ ਦਾ ਇੱਥੇ ਜਿਹੜਾ ਪ੍ਰਬੰਧ ਕੀਤਾ ਜਾਵੇ। ਸੋ ਥੋੜ੍ਹੇ ਸਮੇਂ ਦੇ ਵਿੱਚ ਅਸੀਂ ਇਹ ਸਾਰਾ ਇਹ ਤਾਂ ਅੱਜ ਤੋਂ ਹੀ ਕੰਮ ਸ਼ੁਰੂ ਕਰਵਾ ਦਾਂਗੇ ਇਹਦਾ। ਅਤੇ ਜਿਮ ਤੁਸੀਂ ਦੇਖ ਲਓ ਅੰਦਰ ਕਾਫੀ ਸਮਾਨ ਆ ਗਿਆ, ਹੋਰ ਵੀ ਸਮਾਨ ਦਿੱਤਾ ਜਾਊਗਾ। ਸਾਡੇ ਨੌਜਵਾਨ ਜਿਹੜੇ ਨੇ ਮੈਂ ਤਾਂ ਉਹਨਾਂ ਨੂੰ ਅਪੀਲ ਹੀ ਕਰੂੰਗਾ ਕਿ ਆਪਾਂ ਜਿਹੜੇ ਚੰਗੇ ਪਾਸੇ ਲੱਗੀਏ। ਨਸ਼ਿਆਂ ਦੇ ਦੌਰ ਦੇ ਵਿੱਚ ਜਿਹੜਾ ਪੰਜਾਬ ਨੂੰ ਪਿਛਲੇ ਲੰਬੇ ਸਮੇਂ 'ਤੇ ਧੱਕਿਆ ਗਿਆ ਸੀਗਾ ਉਹਦੇ 'ਚੋਂ ਬਾਹਰ ਆਈਏ। ਉਹਦੇ ਵਾਸਤੇ ਜਿਹੜੇ ਜਿਮ ਨੇ, ਖੇਡਾਂ ਨੇ, ਇਹ ਬਹੁਤ ਜ਼ਰੂਰੀ ਨੇ। ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਸਰਕਾਰ ਬਣਦਿਆਂ ਖੇਡਾਂ ਵਤਨ ਪੰਜਾਬ ਦੀਆਂ ਵੀ ਸ਼ੁਰੂ ਕੀਤਾ ਸੀਗਾ। ਅਸੀਂ ਪੂਰੇ ਪੰਜਾਬ ਦੇ ਵਿੱਚ ਖੇਡਾਂ ਕਰਾਈਆਂ ਨੇ, ਹਰ ਬਲਾਕ ਪੱਧਰ 'ਤੇ, ਤਹਿਸੀਲ ਪੱਧਰ 'ਤੇ, ਜ਼ਿਲ੍ਹਾ ਪੱਧਰ 'ਤੇ, ਸਟੇਟ ਪੱਧਰ 'ਤੇ ਜਿਹੜੀਆਂ ਗੇਮਾਂ ਹੋਈਆਂ ਨੇ। ਸੋ ਹੌਲੀ ਹੌਲੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਲੱਗੇ ਹਾਂ ਕਿ ਸਾਡਾ ਨੌਜਵਾਨ ਜਿਹੜਾ ਆ ਇਹ ਖੇਡਾਂ ਪ੍ਰਤੀ ਜਿਹੜਾ ਆ ਇਹਦੇ